ਟਰੰਪ ਨੇ ਸਾਫ਼ ਕਰ ਦਿੱਤਾ ਕਿ ਵੈਕਸੀਨ ਹੋਵੇ ਜਾਂ ਨਾ ਹੋਵੇ ਪਰ ਅਮਰੀਕਾ ਖੁੱਲ੍ਹੇਗਾ। ਇਟਲੀ ਜੋ ਕਿ ਮੌਤਾਂ ਦੇ ਆਂਕੜੇ ਦੇ ਮਾਮਲੇ ਦੇ ਵਿੱਚ ਤੀਸਰੇ ਨੰਬਰ 'ਤੇ ਆ ਰਿਹਾ, ਉਸਦੀ ਸਰਕਾਰ ਨੇ ਸਫ਼ਰ ਕਰਨ ਦੀ ਇਜਾਜ਼ਤ ਲੋਕਾਂ ਨੂੰ ਦੇ ਦਿੱਤੀ ਹੈ। ਅਤੇ ਭਾਰਤ ਦੇ ਵਿੱਚ ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਕਿਹਾ ਕਿ ਤੂਫਾਨ ਅਜੇ ਆਇਆ ਨਹੀਂ ਬਲਕਿ ਆਉਣ ਵਾਲਾ ਹੈ। ਅਤੇ ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਨੇ ਉਹਨਾਂ ਦੇਸ਼ਾਂ ਨੂੰ ਖਬਰਦਾਰ ਕਰਦਿਆਂ ਕਿਹਾ ਜਿਨ੍ਹਾਂ ਨੇ ਲੋਕਡਾਊਨ ਦੇ ਵਿੱਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ, ਕਿ ਹਜੇ ਜੋ ਵਕਤ ਹੈ ਉਹ ਤਿਆਰੀ ਕਰਨ ਦਾ ਵਕਤ ਹੈ, ਜਸ਼ਨ ਮਨਾਉਣ ਦਾ ਨਹੀਂ। ਮੈਂ ਹਾਂ ਤਨੀਸ਼ਾ ਚੌਹਾਨ ਅਤੇ ਸਵਾਗਤ ਹੈ ਤੁਹਾਡਾ BBC ਨਿਊਜ਼ ਪੰਜਾਬੀ ਦੇ ਵਿੱਚ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਹਰ ਹਾਲਤ ਦੇ ਵਿੱਚ ਅਮਰੀਕਾ ਖੁੱਲ੍ਹੇਗਾ, ਵੈਕਸੀਨ ਆਵੇ ਜਾਂ ਨਾ ਆਵੇ, ਪਰ ਅਮਰੀਕੀਆਂ ਨੂੰ ਇਸ ਤੋਂ ਬਿਨਾਂ ਵੀ ਆਮ ਜ਼ਿੰਦਗੀ ਦੇ ਵਿੱਚ ਵਿਚਰਨਾ ਸ਼ੁਰੂ ਕਰਨਾ ਹੀ ਪਵੇਗਾ। ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਨੂੰ ਵੈਂਟੀਲੇਟਰ ਦਾਨ ਕਰਨ ਦੀ ਗੱਲ ਕਹੀ ਹੈ। ਉਹਨਾਂ ਨੇ ਇੱਕ ਟਵੀਟ ਕਰਦਿਆਂ ਲਿਖਿਆ ਕਿ ਅਸੀਂ ਨਰਿੰਦਰ ਮੋਦੀ ਅਤੇ ਭਾਰਤ ਦੇ ਨਾਲ ਖੜ੍ਹੇ ਹਾਂ ਅਤੇ ਅਸੀਂ ਮਿਲ ਕੇ ਹੀ ਇਸ ਅਧਿਕ ਦੁਸ਼ਮਣ ਨੂੰ ਹਰਾਵਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇੱਕ ਟਵੀਟ ਦੇ ਜ਼ਰੀਏ ਡੋਨਲਡ ਟਰੰਪ ਦਾ ਧੰਨਵਾਦ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਸ਼ਵ ਸਿਹਤ ਸੰਗਠਨ ਨੂੰ ਫੰਡਿੰਗ ਜਾਰੀ ਕਰ ਸਕਦੇ ਨੇ, ਪਰ ਇਹ ਫੰਡਿੰਗ ਜੋ ਹੈ ਉਹ ਚੀਨ ਦੀ ਫੰਡਿੰਗ ਦੇ ਸਮਾਨ ਹੋਵੇਗੀ, ਯਾਨੀ ਕਿ ਕਰੀਬ 10 ਗੁਣਾ ਘੱਟ ਫੰਡਿੰਗ ਹੁਣ ਅਮਰੀਕਾ ਵਿਸ਼ਵ ਸਿਹਤ ਸੰਗਠਨ ਨੂੰ ਕਰੇਗਾ। ਇਟਲੀ ਜੋ ਕਿ ਅਮਰੀਕਾ ਅਤੇ UK ਤੋਂ ਬਾਅਦ ਤੀਸਰੇ ਨੰਬਰ 'ਤੇ ਆਉਂਦਾ, ਜਿੱਥੇ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਤੋਂ ਬਾਅਦ ਮੌਤਾਂ ਦਾ ਅੰਕੜਾ ਸਭ ਤੋਂ ਵੱਧ ਹੈ, ਪਰ ਹੁਣ ਇਟਲੀ ਦੀ ਸਰਕਾਰ ਨੇ 3 ਜੂਨ ਤੋਂ ਲੋਕਡਾਊਨ ਦੇ ਵਿੱਚ ਢਿੱਲ ਦਿੰਦੇ ਆ ਲੋਕਾਂ ਨੂੰ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਹੈ। ਯੂਰਪ ਦੇ ਵਿੱਚ ਠੰਡ ਦਾ ਮੌਸਮ ਆਉਣ ਵਾਲਾ ਅਤੇ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਮੁੜ ਤੋਂ ਹਾਵੀ ਹੋ ਸਕਦਾ ਹੈ। ਹੁਣ ਗੱਲ ਕਰਦੇ ਹਾਂ ਭਾਰਤ ਦੀ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦੀ ਚੌਥੀ ਕਿਸ਼ਤ ਦਾ ਅੱਜ ਐਲਾਨ ਕੀਤਾ। ਉਹਨਾਂ ਕਿਹਾ ਕਿ 8 ਖੇਤਰਾਂ ਦੇ ਵਿੱਚ ਢਾਂਚਾਗਤ ਬਦਲਾਅ ਕੀਤੇ ਜਾਣਗੇ। ਇਹ 8 ਖੇਤਰ ਨੇ ਕੋਲਾ, ਮਿਨਰਲ, ਡਿਫੈਂਸ ਪ੍ਰੋਡਕਸ਼ਨ, ਏਅਰਸਪੇਸ ਮੈਨੇਜਮੈਂਟ, MRO, ਪਾਵਰ ਡਿਸਟ੍ਰੀਬਿਊਸ਼ਨ, ਕੰਪਨੀਆਂ, ਸਪੇਸ, ਐਟੋਮਿਕ ਸੈਂਟਰ। ਇੱਕ ਪਾਸੇ ਮੋਦੀ ਸਰਕਾਰ ਵੱਡੇ ਵੱਡੇ ਐਲਾਨ ਕਰ ਰਹੀ ਹੈ ਅਤੇ ਦੂਜੇ ਪਾਸੇ ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਤੂਫਾਨ ਹਜੇ ਆਇਆ ਨਹੀਂ ਬਲਕਿ ਆਉਣ ਵਾਲਾ ਹੈ, ਸਥਿਤੀ ਹੋਰ ਵੀ ਜ਼ਿਆਦਾ ਖਰਾਬ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਡਿਮਾਂਡ ਅਤੇ ਸਪਲਾਈ ਦੋਵੇਂ ਹੀ ਬੰਦ ਨੇ, ਡਿਮਾਂਡ ਤਾਂ ਹੀ ਸ਼ੁਰੂ ਹੋ ਸਕਦੀ ਹੈ ਜੇਕਰ ਲੋਕਾਂ ਦੇ ਕੋਲ ਪੈਸਾ ਆਵੇ। ਹੁਣ ਗੱਲ ਉਸ ਦਰਦਨਾਕ ਹਾਦਸੇ ਦੀ ਕਰਦੇ ਹਾਂ ਜਿਸ ਦੇ ਨਾਲ ਅੱਜ ਦਿਨ ਦੀ ਸ਼ੁਰੂਆਤ ਹੋਈ। UP ਦੇ ਔਰੇਆ ਜ਼ਿਲ੍ਹੇ ਦੇ ਵਿੱਚ 2 ਟਰੱਕਾਂ ਦੀ ਟੱਕਰ ਦੇ ਨਾਲ 24 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ ਤੜਕੇ 3:30 ਵਜੇ ਦੇ ਕਰੀਬ ਵਾਪਰਿਆ। ਇਹ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਉਹ ਰਾਜਸਥਾਨ ਤੋਂ ਆ ਰਹੇ ਸੀ। ਹੁਣ ਇੱਕ ਨਜ਼ਰ ਆਂਕੜਿਆਂ 'ਤੇ ਮਾਰ ਦਈਏ। ਜੇਕਰ ਦੁਨੀਆ ਭਰ ਦੇ ਵਿੱਚ ਵੇਖੀਏ ਤਾਂ ਹੁਣ ਤੱਕ ਕੋਰੋਨਾ ਵਾਇਰਸ ਦੇ 45,43,000 ਤੋਂ ਵੱਧ ਮਾਮਲੇ ਆ ਚੁੱਕੇ ਨੇ ਅਤੇ ਮਰਨ ਵਾਲਿਆਂ ਦੀ ਗਿਣਤੀ 3 ਲੱਖ ਦਾ ਆਂਕੜਾ ਜੋ ਹੈ ਉਹ ਪਾਰ ਕਰ ਚੁੱਕੀ ਹੈ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ 86,000 ਤੋਂ ਵੀ ਵੱਧ ਹੋ ਗਏ ਨੇ। ਇਹ ਗਿਣਤੀ ਚੀਨ ਦੇ ਵਿੱਚ ਜੋ ਲਾਗ ਦੇ ਮਾਮਲੇ ਨੇ ਉਸ ਤੋਂ ਵੀ ਜ਼ਿਆਦਾ ਹੈ ਅਤੇ ਮੌਤਾਂ ਦਾ ਅੰਕੜਾ ਕਰੀਬ 2,750 ਹੋ ਗਿਆ। ਪੰਜਾਬ ਦੇ ਵਿੱਚ ਇਹ ਮਾਮਲੇ 1930 ਤੋਂ ਵੱਧ ਹੋ ਚੁੱਕੇ ਨੇ ਅਤੇ ਕਰੀਬ 32 ਮੌਤਾਂ ਪੰਜਾਬ ਦੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ ਨਾਲ ਹੋ ਚੁੱਕੀਆਂ ਨੇ। ਅੱਜ ਦੇ ਇਸ ਕੋਰੋਨਾ ਅਪਡੇਟ ਦੇ ਵਿੱਚ ਬਸ ਇੰਨਾ ਹੀ। ਇਹ ਪੂਰੀ ਜਾਣਕਾਰੀ 16 ਮਈ ਸ਼ਾਮ 6:30 ਵਜੇ ਤੱਕ ਦੀ ਹੈ। ਮੈਨੂੰ ਤੋਂ ਇਜਾਜ਼ਤ, ਫਿਰ ਤੋਂ ਹਾਜ਼ਰ ਹੋਵਾਂਗੇ ਦੇਸ਼ ਦੁਨੀਆ ਅਤੇ ਪੰਜਾਬ ਦੀਆਂ ਕੋਰੋਨਾ ਵਾਇਰਸ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਨੂੰ ਲੈ ਕੇ।